ਜਦੋਂ ਅਸੀਂ ਏਅਰਪੋਰਟ ਤੋਂ ਬਾਹਰ ਨਿਕਲੇ ਤਾਂ ਸਭ ਤੋਂ ਪਹਿਲਾਂ ਸਾਨੂੰ ਆਹ ਵੇਖਣ ਨੂੰ ਮਿਲਿਆ। ਐਨ ਮੈਨੂੰ ਇੱਦਾਂ ਲੱਗਾ ਜਿੱਦਾਂ ਸਾਨੂੰ ਸਾਡੇ ਪਿਆਰੇ ਮਿਲਦੇ ਹੁੰਦੇ ਨਾ ਏਅਰਪੋਰਟ 'ਤੇ, ਜਦੋਂ ਕਿਸੇ ਸ਼ਹਿਰ 'ਚ ਪੰਜਾਬੀ ਵਿਰਸਾ ਕਰਨ ਜਾਈਦਾ ਤਾਂ ਸਾਡੇ ਪਿਆਰੇ ਵੀ ਸਾਨੂੰ ਇੰਨੇ ਪ੍ਰੇਮ ਨਾਲ ਮਿਲਦੇ ਆ, ਮਾਣ ਸਤਿਕਾਰ ਕਰਮਾਂ ਨਾਲ ਮਿਲਦਾ। ਜਪਾਨ ਗਏ ਤਾਂ ਸੁਸ਼ੀ ਨਾ ਖਾਧੀ ਫਿਰ ਕੀ ਜਪਾਨ ਨੂੰ ਜਾਣਾ, ਕਮਲ ਨੇ ਜਿੰਨੀ ਜ਼ਿੰਦਗੀ ਜਿਉਣੀ ਬਸ ਘੁੰਮਣਾ ਪੀਣਾ ਖਾਣਾ। ਸੋ ਸਾਨੂੰ ਵੀ ਫਿਰ ਖਾਣੀ ਪੈਣੀ ਸੀ ਜਪਾਨ 'ਚ ਸੁਸ਼ੀ, ਪਰ ਇੱਦਾਂ ਦੀ ਹੋਰ ਕਿਤੇ ਸੁਸ਼ੀ ਖਾਧੀ ਨਹੀਂ। ਇਹ ਜਿਹੜਾ ਰੈਸਟੋਰੈਂਟ ਆ ਇਹਦੇ 'ਚ ਹਰ ਇੱਕ ਚੀਜ਼ ਸ਼ੱਕਰਕੰਦੀ ਦੀ ਬਣੀ ਹੋ ਆ, ਅਤੇ ਮੈਂ ਇਹਦੇ ਵਿੱਚੋਂ ਕੁਛ ਚੀਜ਼ਾਂ ਟਰਾਈ ਕਰਨਾ ਚਾਹੁੰਦਾ। ਬਹੁਤ ਰੰਗਾਂ ਦੇ ਵਿੱਚ ਆਉਂਦਾ ਆ, ਜੇ ਤੁਸੀਂ ਦੁਨੀਆ 'ਚ ਘੁੰਮੋ ਸਾਰੀ 'ਚ ਤਾਂ ਤੁਹਾਨੂੰ ਬਹੁਤ ਰੰਗਾਂ ਦੇ ਸਵੀਟ ਪੋਟੇਟੋ ਮਿਲਦੇ ਆ, ਅਤੇ ਇਹ ਦੇਖੀਏ ਇਹਨੂੰ ਕੀ ਕਰਦੇ ਆ। ਖਾਣੇ ਨੂੰ ਬਣਾਉਣਾ ਵੀ ਕਲਾ ਆ, ਬਣਾਏ ਇੰਨਾ ਸੋਹਣਾ ਦਿੱਤਾ ਕਿ ਬਸ ਖਾਣ ਨੂੰ ਦਿਲ ਕਰਦਾ, ਅਤੇ ਇੰਜੋਏ ਕਰਨਾ ਵੀ ਕਲਾ ਆ। ਆਹਾ ਮਜ਼ਾ ਆ ਗਿਆ, ਬਹੁਤ ਜ਼ਿਆਦਾ ਸਵਾਦ ਆ। ਕਿੱਦਾਂ ਦੀ ਚੀਜ਼ ਕਦੇ ਮੈਂ ਟੇਸਟ ਹੀ ਨਹੀਂ ਕੀਤੀ, ਕਿਉਂਕਿ ਪਹਿਲੀ ਵਾਰੀ ਆ ਮੇਰੇ ਲਈ। ਉੱਪਰ ਖੰਡ ਪਾ ਕੇ ਨਾ ਥੋੜ੍ਹਾ ਥੋੜ੍ਹਾ ਇਹਨੂੰ ਜਾਲਿਆ ਟੋਰਚ ਦੇ ਨਾਲ, ਅਤੇ ਉੱਪਰ ਆਈਸਕ੍ਰੀਮ ਰੱਖੀ। ਪੌਪਸਿਕਲ ਖਾਂਦੇ ਤਾਂ ਮੇਰੇ ਤਿੰਨ ਗੱਲਾਂ ਦਿਮਾਗ ਦੇ ਵਿੱਚ ਆਈਆਂ। ਇੱਕ ਤਾਂ ਮੇਰੇ ਆਊਟਫਿਟ ਦੇ ਨਾਲ ਮੈਚ ਕਰਦੇ ਆ, ਨੰਬਰ 2 ਇਟਸ ਰੀਅਲੀ ਗੁੱਡ, ਨੰਬਰ 3 ਬੰਦਾ ਜਦੋਂ ਪੌਪਸਿਕਲ ਖਾਂਦਾ ਮੁੜ ਕੇ ਬੱਚਾ ਨਹੀਂ ਬਣ ਜਾਂਦਾ। ਚਲੋ ਇਹ ਤਾਂ ਆਮ ਹੀ ਹੈ, ਇਹ ਤਾਂ ਤੁਸੀਂ ਵੇਖਿਆ ਹੀ ਹੈ। ਸਾਡੇ ਪੰਜਾਬ ਦਾ ਰੈਣਕ ਬਾਜ਼ਾਰ, ਰੈਣਕ ਬਾਜ਼ਾਰ ਜਲੰਧਰ 'ਚ ਆ ਜਿੱਥੇ ਸਾਡਾ ਆਫਿਸ ਆ। ਹਰ ਇੱਕ ਬੰਦੇ ਦੇ ਕੋਲ ਦੋ ਆਪਸ਼ਨਾਂ ਆ, ਜਾਂ ਤਾਂ ਤਮਾਸ਼ਾ ਬਣ ਜਾਵੇ ਜਾਂ ਤਮਾਸ਼ਬੀਨ ਬਣ ਜਾਵੇ, ਜਾਂ ਤਮਾਸ਼ਾ ਦੇਖਣ ਵਾਲਾ ਜਾਂ ਆਪ ਤਮਾਸ਼ਾ। ਹੁਣ ਉੱਥੇ ਹਰ ਇੱਕ ਬੰਦਾ ਫੋਟੋ ਖਿੱਚ ਰਿਹਾ ਸੀ, ਉੱਥੇ ਖਿੱਚੀ ਆ, ਪਰ ਹੁਣ ਮੈਂ ਉਸ ਭੀੜ 'ਚ ਜਾਣਾ ਚਾਹੁੰਦਾ ਜਿਹਦੀ ਲੋਕ ਫੋਟੋ ਖਿੱਚ ਰਹੇ ਆ, ਉਹਨਾਂ ਦਾ ਹਿੱਸਾ ਬਣਨਾ। ਦੋ ਅਲਟਰਨੇਟਿਵ ਆ ਹਰ ਇੱਕ ਵਿਅਕਤੀ ਦੇ ਕੋਲ। ਇੱਥੇ ਜਾ ਕੇ ਮੈਂ ਬਹੁਤ ਜ਼ਿਆਦਾ ਇੰਜੋਏ ਕੀਤਾ। ਇਹ ਸਾਰਾ ਕਮਰਾ ਸ਼ੀਸ਼ੇ ਦਾ ਆ, ਇਹਦੀਆਂ ਲਾਈਟਾਂ ਚੇਂਜ ਹੁੰਦੀਆਂ, ਪਤਾ ਨਹੀਂ ਲੱਗਦਾ ਕਿੱਡਾ ਵੱਡਾ ਕਮਰਾ ਆ ਅਤੇ ਕਿੱਧਰੋਂ ਲਾਈਟ ਆਉਂਦੀ ਆ ਅਤੇ ਤੁਸੀਂ ਕਿੱਥੇ ਆ ਕਮਰੇ 'ਚ। ਬਹੁਤ ਜ਼ਿਆਦਾ ਮਜ਼ਾ ਆਇਆ ਇੱਥੇ ਜਾ ਕੇ। ਇਹ ਤੁਸੀਂ ਪਾਣੀ ਦੇ ਵਿੱਚ ਹੀ ਲੰਘ ਕੇ ਫਿਰ ਇਸ ਕਮਰੇ ਦੇ ਵਿੱਚ ਜਾਂਦੇ ਆ ਅਤੇ ਸਾਰਾ ਕੁਛ ਪਾਣੀ ਦੇ ਵਿੱਚ ਆ, ਮੱਛੀਆਂ ਫੋਲੇ ਪਾਣੀ 'ਚ ਤਰ ਰਹੇ ਆ, ਪਰ ਇਹ ਡਿਜੀਟਲ ਆ, ਨਕਲੀ ਆ ਸਾਰਾ ਕੁਛ। ਇਹ ਬਲੂਨਸ ਆ ਸਾਰੇ ਵੱਡੇ, ਔਰ ਇਹਨਾਂ ਦੇ ਰੰਗ ਚੇਂਜ ਹੁੰਦੇ ਆ, ਇਹ ਵੀ ਅਜੀਬ ਕਮਰਾ ਆ। ਇਹ ਸਾਰੇ ਫੁੱਲ ਆ, ਇਹ ਉੱਪਰ ਥੱਲੇ ਫੁੱਲ ਜਾ ਰਹੇ ਆ ਧਾਗਿਆਂ ਦੇ ਨਾਲ, ਇਹ ਪ੍ਰੋਗਰਾਮ ਕੀਤੇ ਹੋ ਆ ਪਰ ਇਹ ਪੁੱਠੇ ਲਟਕ ਰਹੇ ਆ, ਅਤੇ ਇੱਥੇ ਇੰਨਾ ਜ਼ਿਆਦਾ ਵਧੀਆ ਲੱਗਦਾ। ਇਹ ਅਸਲੀ ਫੁੱਲ ਆ ਪਰ ਇਹ ਪੁੱਠੇ ਲਟਕ ਰਹੇ ਆ ਅਤੇ ਪੂਰੇ ਤੰਦਰੁਸਤ ਆ, ਵਿੱਚ ਸੁੱਕ ਵੀ ਰਹੇ ਆ, ਨਵੇਂ ਵੀ ਫੁੱਲ ਖਿੜ ਰਹੇ ਆ। ਇਹ ਕਮਰਾ ਵੀ ਮੈਨੂੰ ਬਹੁਤ ਜ਼ਿਆਦਾ ਚੰਗਾ ਲੱਗਾ, ਇੱਥੇ ਮੈਂ ਬਹੁਤ ਜ਼ਿਆਦਾ ਟਾਈਮ ਬਿਤਾਇਆ। ਇਹ ਜਿਹੜਾ ਕਮਰਾ ਆ ਇਹ ਸਾਰਾ ਡਿਜੀਟਲ ਫੁੱਲ ਆ, ਇੱਥੇ ਮਹਿਕ ਵੀ ਉਹਨਾਂ ਨੇ ਛੱਡੀ ਹੋ ਆ, ਜਿਹੜੀ ਫ੍ਰੈਗਰੈਂਸ ਫੁੱਲਾਂ ਦੀ ਮਹਿਕ ਹੁੰਦੀ ਆ ਉਹ ਵੀ ਵੱਖਰੀਆਂ ਵੱਖਰੀਆਂ ਮਹਿਕਾਂ ਹੋਣੀਆਂ, ਅਤੇ ਸਾਰੇ ਡਿਜੀਟਲ ਫੁੱਲ ਆ। ਪਰ ਜਦੋਂ ਤੁਸੀਂ ਲੰਮੇ ਪੈ ਕੇ ਉੱਪਰ ਨੂੰ ਵੇਖਦੇ ਆ ਇੱਦਾਂ ਲੱਗਦਾ ਕਿ ਸਾਰਾ ਆਕਾਸ਼ ਹੀ ਫੁੱਲਾਂ ਦਾ ਹੋ ਗਿਆ, ਆਲਾ ਦੁਆਲਾ ਵੀ ਮੇਰੇ ਫੁੱਲ ਬਣ ਗਏ। ਉੱਪਰ ਟੀਮ ਲੈਬ ਜਿਹੜਾ ਲਿਖਿਆ ਆ ਰਿਹਾ ਉਹ ਮੇਰੇ ਪਿੱਛੇ ਲਿਖਿਆ ਆ, ਇਹਦਾ ਰਿਫਲੈਕਸ਼ਨ ਆ ਰਿਹਾ ਵਿੱਚ। ਜਪਾਨ ਦੀ ਨਾਈਟ ਲਾਈਫ ਵੀ ਬਹੁਤ ਖੂਬਸੂਰਤ ਆ, ਇਹਦਾ ਵੀ ਮੈਂ ਪੂਰਾ ਮਜ਼ਾ ਲਿਆ। ਇਹ ਹੁਣ ਰਸਤਾ ਬਿਲਕੁਲ ਖਾਲੀ ਆ, ਇੱਦਾਂ ਦੀ ਜਗ੍ਹਾ 'ਤੇ ਆ ਕੇ ਪਿਆਰ ਤੁਹਾਡਾ ਹੋਰ ਵੀ ਤੀਬਰ ਹੋ ਜਾਂਦਾ ਆ, ਕਿਉਂਕਿ ਪਿਆਰ ਦਾ ਇਹ ਦੂਜਾ ਨਾਮ ਫਰੀਡਮ ਆ, ਇਹ ਤੋਂ ਵੱਡੀ ਫਰੀਡਮ ਹੋਰ ਕੋਈ ਨਹੀਂ। ਇੱਥੇ ਆਕਾਸ਼ ਵੀ ਫਰੀ ਆ, ਇੱਥੇ ਪਾਣੀ ਵੀ ਫਰੀ ਆ, ਇੱਥੇ ਵਿਊ ਵੀ ਫਰੀ ਆ, ਅਤੇ ਜਿੱਥੇ ਜ਼ਿਆਦਾ ਲਾਈਟ ਆ ਉੱਥੇ ਆਕਾਸ਼ ਵੀ ਨਹੀਂ ਪੂਰੀ ਤਰ੍ਹਾਂ ਦਿਸਦਾ। ਹੁਣ ਆਕਾਸ਼ ਪੂਰਾ ਕਲੀਅਰ ਦਿਸ ਰਿਹਾ, ਉਹ ਚੰਨ ਦਿਸ ਰਿਹਾ। ਜਿਸ ਵੇਲੇ ਰੌਲਾ ਰੱਪਾ ਆਲੇ ਦੁਆਲੇ ਹੁੰਦਾ ਤਾਂ ਕੁਦਰਤ ਉਹਦੇ 'ਚ ਗੁੰਮ ਹੋ ਜਾਂਦੀ ਆ। ਲਾਈਟ ਉੱਨੀ ਕਿਹਾ ਜਿੰਨੀ ਕਿ ਤੁਹਾਨੂੰ ਚਾਹੀਦੀ ਆ, ਸਿਰਫ ਉਹਦੀ ਖੂਬਸੂਰਤੀ ਨੂੰ ਇਨਹੈਂਸ ਕਰ ਰਹੀ ਆ। ਸੋ ਮੈਨੂੰ ਇੱਥੇ ਆ ਕੇ ਬਹੁਤ ਜ਼ਿਆਦਾ ਵਧੀਆ ਲੱਗਾ। ਜਪਾਨ ਦੇ ਵਿੱਚ ਪੇਮੈਂਟ ਸਿੱਧੀ ਨਹੀਂ ਫੜਾਈ ਜਾਂਦੀ, ਇੱਕ ਟਰੇ ਦੇ ਵਿੱਚ ਰੱਖੀ ਜਾਂਦੀ ਆ, ਅਤੇ ਉਹ ਵੀ ਚੇਂਜ ਦੀ ਵਾਪਸੀ ਤੁਹਾਨੂੰ ਇੱਕ ਟਰੇ ਦੇ ਵਿੱਚ ਰੱਖ ਕੇ ਕਰਦੇ ਆ। ਜਪਾਨ ਆ ਕੇ ਸਭ ਤੋਂ ਪਹਿਲਾਂ ਸਟਰੀਟ ਫੂਡ ਮੈਂ ਇਹ ਖਾਧਾ। ਪੈਨਕੇਕਸ ਮੈਨੂੰ ਬਹੁਤ ਵਧੀਆ ਲੱਗਦੇ ਆ, ਪੈਨ ਵੈਸੇ ਤਾਂ ਆਟਾ ਹੀ ਆ। ਸੋ ਪੈਨਕੇਕਸ ਦੇ ਵਿੱਚ ਸੋਲਿਡ ਕਰੀਮ ਪਾ ਕੇ ਅਤੇ ਵਿੱਚ ਮੈਂਗੋ ਪਾਇਆ, ਸੋ ਮੈਂਗੋ ਪੈਨਕੇਕਸ ਆ ਬੇਸਿਕਲੀ, ਵਿੱਚ ਪਾ ਦਿੱਤੀ ਆ ਵਿਪਡ ਕਰੀਮ, ਅਤੇ ਇੰਨਾ ਵਧੀਆ ਇਹਦਾ ਕੰਬੀਨੇਸ਼ਨ ਬਣਿਆ, ਕਮਾਲ ਹੋ ਗਈ ਆ। ਸਟਰੀਟ ਫੂਡ ਹੀ ਇਹਨੂੰ ਕਹਾਂਗੇ, ਪਰ ਮੈਂ ਬਹੁਤ ਜ਼ਿਆਦਾ ਇੰਜੋਏ ਕਰ ਰਿਹਾ ਕਿਉਂਕਿ ਵੈਦਰ ਵੀ ਬਹੁਤ ਵਧੀਆ।
ਪਰ ਮੈਂ ਇੱਕ ਚੀਜ਼ ਨੋਟਿਸ ਕਰਦਾ ਸੀਗਾ, ਸਾਰੀ ਦੁਨੀਆ ਦੇ ਖਾਣੇ ਅਲੱਗ ਅਲੱਗ ਆ। ਜਿੱਥੇ ਵੀ ਤੁਸੀਂ ਦੁਨੀਆ 'ਚ ਜਾਂਦੇ ਆ, ਖਾਣਾ ਬਦਲੀ ਜਾਂਦਾ, ਜ਼ਬਾਨ ਬਦਲੀ ਜਾਂਦੀ, ਨਾਲ ਖਾਣਾ ਬਦਲੀ ਜਾਂਦਾ, ਪਰ ਭੁੱਖ ਸਾਰਿਆਂ ਦੀ ਇੱਕੋ ਹੀ ਆ। ਭੁੱਖ ਇੱਕੋ ਹੀ ਆ ਪਰ ਖਾਣੇ ਅਲੱਗ ਅਲੱਗ ਆ, ਅਤੇ ਬਾਕੀ ਇਮੋਸ਼ਨਸ ਵੀ ਇਨਸਾਨ ਦੇ ਜੀਵਨ 'ਚ ਇਸੇ ਤਰ੍ਹਾਂ ਚੱਲਦੇ। ਤੁਸੀਂ ਪੋਸਟਮੈਨ ਨੂੰ ਹੀ ਲੈ ਲਓ, ਪੋਸਟਮੈਨ ਦੇ ਬੈਗ ਤੋਂ ਭਾਰਾ ਹੋਰ ਦੁਨੀਆ ਦੇ ਵਿੱਚ ਕੋਈ ਬੈਗ ਨਹੀਂ। ਕਿੰਨੀਆਂ ਖੁਸ਼ੀਆਂ, ਕਿੰਨੇ ਦੁੱਖ, ਕਿੰਨੇ ਫਿਕਰ ਚੁੱਕੀ ਫਿਰਦਾ ਉਹ, ਪਰ ਉਹਨੂੰ ਤੁਹਾਡੀ ਖਬਰ ਦੇ ਨਾਲ ਕੋਈ ਨਹੀਂ, ਉਹਨੇ ਸਿਰਫ ਖਬਰ ਡਿਲੀਵਰ ਕਰਨੀ ਆ। ਇਸੇ ਕਰਕੇ ਇੰਗਲਿਸ਼ ਦੇ ਵਿੱਚ ਕਹਿੰਦੇ ਆ ਡੋਂਟ ਸ਼ੂਟ ਦ ਮੈਸੇਂਜਰ, ਉਹਦਾ ਕੋਈ ਕਸੂਰ ਨਹੀਂ, ਪਰ ਤੁਹਾਡੇ ਲਈ ਉਹ ਖਬਰ ਬਹੁਤ ਜ਼ਿਆਦਾ ਮਾਇਨਾ ਰੱਖਦੀ ਆ। ਇਹ 7-11 ਸਟੋਰ ਜਦੋਂ ਖੁੱਲ੍ਹੇ ਸੀਗੇ ਨਾ, ਇਹ 7 to 11 PM ਤੱਕ ਖੁੱਲ੍ਹਦੇ ਹੁੰਦੇ ਸੀਗੇ ਪਹਿਲਾਂ ਸ਼ੁਰੂਆਤ ਦੇ ਵਿੱਚ, ਅਤੇ ਫਿਰ ਹੌਲੀ ਹੌਲੀ ਉਹਨਾਂ ਨੇ 24 ਘੰਟੇ ਕਰ ਦਿੱਤੇ ਅਮਰੀਕਾ 'ਚ, ਜਿੰਨਾ ਕੁ ਮੈਨੂੰ ਪਤਾ, ਮੈਂ ਗਲਤ ਵੀ ਹੋ ਸਕਦਾ। ਅਤੇ ਫਿਰ ਕੈਨੇਡਾ ਦੇ ਵਿੱਚ ਵੀ ਬਹੁਤ 7-11 ਸੀਗੇ, ਪਰ ਹੁਣ ਉੱਥੇ ਘਟਣ ਲੱਗ ਪਿਆ। ਜਿਸ ਸ਼ਹਿਰ ਦੇ ਵਿੱਚ ਮੈਂ ਰਹਿੰਦਾ ਉਸ ਸ਼ਹਿਰ ਦੇ ਵਿੱਚ ਸਿਰਫ ਇੱਕ ਰਹਿ ਗਿਆ ਹੁਣ 7-11, ਪਰ ਜਦੋਂ 90 ਦੇ ਵਿੱਚ ਅਸੀਂ ਗਏ ਹਾਂ ਤਾਂ ਹਰੇਕ ਕੋਰਨਰ ਦੇ ਉੱਤੇ 7-11 ਹੁੰਦਾ ਸੀਗਾ, ਹੁਣ ਸਟਾਰਬਕਸ ਆ ਇਸ ਤਰ੍ਹਾਂ। ਅਤੇ ਅਸੀਂ ਉੱਥੇ ਸਲਰਪੀਆਂ ਪੀਣ ਜਾਂਦੇ ਹੁੰਦੇ ਸੀ। ਕੁਛ ਕੰਟਰੀਆਂ ਦੇ ਵਿੱਚ ਬਹੁਤ ਜ਼ਿਆਦਾ ਲੱਗ ਪਿਆ ਵਧਣ, ਜਿੱਦਾਂ ਥਾਈਲੈਂਡ 'ਚ ਬਹੁਤ ਆ ਹੁਣ 7-11, ਜਪੈਨ ਦੇ ਵਿੱਚ ਵੀ ਹਰ ਇੱਕ ਕੋਰਨਰ 'ਤੇ 7-11 ਦੇਖਣ ਨੂੰ ਮਿਲਦਾ। ਅਤੇ ਹੁਣ ਜਦੋਂ ਅਸੀਂ ਇੱਥੇ ਆਏ ਤਾਂ 7-11 ਸਾਨੂੰ ਬਹੁਤ ਦੇਖਣ ਨੂੰ ਮਿਲੇ, ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਗਈਆਂ। ਜਿੰਨੇ ਦਿਨ ਵੀ ਮੈਂ ਇੱਥੋਂ ਲੰਘਿਆ ਘੁੰਮਣ ਦੇ ਲਈ, ਇਹ ਹਾਈਡਰੇਂਜਾ ਲੱਗਾ ਆ ਨਾ, ਅਤੇ ਇਹ ਪਲੈਂਟਰ ਦੇ ਵਿੱਚ ਲਾਇਆ ਆ, ਅਤੇ ਹਾਈਡਰੇਂਜੇ ਦੇ ਮੈਂ ਕੋਲੋਂ ਲੰਘ ਕੇ ਗਿਆ। ਜਿੰਨੇ ਦਿਨ ਵੀ ਇੱਥੋਂ ਲੰਘਿਆ ਇੱਕ ਨਵੇਂ ਵਲੌਗ ਦੇ ਨਾਲ ਫਿਰ ਮੈਂ ਤੁਹਾਨੂੰ ਬਹੁਤ ਜਲਦੀ ਮਿਲੂੰਗਾ। ਤਦ ਤੱਕ ਤੁਸੀਂ ਜਪਾਨ ਜਾਣ ਦੀਆਂ ਹੁਣ ਤਿਆਰੀਆਂ ਕਰੋ, ਜਿਉਂਦੇ ਵਸਦੇ ਰਹੋ।